ਲੋਕਾਂ ਵਿੱਚ ਦੇਣ ਦੇ ਵਿੱਚ ਸਫਲ ਹੋਵਾਂਗੇ ਕਿਉਂਕਿ ਕੈਂਸਰ ਅਸੀਂ ਅਕਸਰ ਕਹਿੰਦੇ ਹਾਂ ਕਿ ਇੱਕ ਇੱਦਾਂ ਦੀ ਬਿਮਾਰੀ ਹੈਗੀ ਹੈ ਜਿਹਦਾ ਸਮੇਂ ਸਿਰ ਪਤਾ ਲੱਗਣਾ ਬੜਾ ਹੀ ਜ਼ਰੂਰੀ ਹੈ। ਸਮੇਂ ਸਿਰ ਪਤਾ ਲੱਗਣਾ ਬੜਾ ਜ਼ਰੂਰੀ ਹੈ ਕਿਉਂਕਿ ਲਾਸਟ ਸਟੇਜ 'ਤੇ ਜਾ ਕੇ ਕੈਂਸਰ ਨੂੰ ਸਿਰਫ ਪੈਸੇ ਲਾ ਕੇ ਉਮਰ ਵਧਾਈ ਜਾ ਸਕਦੀ ਹੈ ਲੇਕਿਨ ਕੈਂਸਰ ਤੋਂ ਬਚਿਆ ਨਹੀਂ ਜਾ ਸਕਦਾ। ਸੋ ਸਾਡਾ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ ਅੱਜ ਵੀ ਅਸੀਂ ਕੈਂਪ ਦੇ ਵਿੱਚ ਐਕਟਿਵ ਸੀਗੇ, ਤਕਰੀਬਨ ਅਸੀਂ ਕੋਈ 600 ਦੇ ਕਰੀਬ ਜਿਹੜੇ ਪੇਸ਼ੈਂਟ ਚੈੱਕ ਕੀਤੇ ਹੈ ਔਰ ਕਾਫੀ ਅਪਰੋਕਸੀਮੇਟਲੀ ਕੋਈ 25 ਤੋਂ 30 ਜਿਹੜੇ ਪੇਸ਼ੈਂਟ ਅਸੀਂ ਸਸਪੈਕਟਡ ਵੀ ਲੱਭੇ ਹੈ ਜਿਹਨੂੰ ਅਸੀਂ ਕਹਿ ਸਕਦੇ ਕਿ ਪਹਿਲੀ ਜਾਂ ਦੂਜੀ ਕੈਟਾਗਰੀ ਦੇ ਸੀਗੇ ਜਿਹੜੇ ਸ਼ਾਇਦ ਬਾਬਾ ਜੀ ਦੇ ਬਚਨਾਂ ਦੇ ਨਾਲ ਇਸ ਸੰਸਥਾ ਦੇ ਬਚਨਾਂ ਦੇ ਨਾਲ ਸ਼ਾਇਦ ਹੁਣ ਬਚ ਜਾਣਗੇ। ਉਮੀਦ ਕਰਦੇ ਹਾਂ ਕਿ ਸਾਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਇੱਥੇ ਦੁਬਾਰਾ ਆਉਣ ਦਾ ਮੌਕਾ ਮਿਲੇਗਾ। ਧੰਨਵਾਦ।